ਪਿੱਛੇ ਵਗਦਾ ਸੋਹਣਾ ਫੁੱਲ। ਹਾਂ ਮੈਂ ਵੀ ਖੜਨਾ ਚਾਹੁੰਦਾ ਹਾਂ, ਮੈਂ ਮਹਿਕਣਾ ਚਾਹੁੰਦਾ ਹਾਂ, ਮੈਂ ਟੈਕਣਾ ਚਾਹੁੰਦਾ ਹਾਂ, ਮੈਂ ਵੀ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਬਸਰ ਕਰਨੀ ਚਾਹੁੰਦਾ ਹਾਂ। ਪਰ ਅਕਸਰ ਸਮਾਜ ਮੇਰੇ ਵਰਗਿਆਂ ਨੂੰ ਦੁਰਕਾਰ ਦਿੰਦਾ ਹੈ, ਕਈ ਵਾਰੀ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ, ਕਈ ਵਾਰੀ ਮੈਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਪਰ ਉਸ ਵਕਤ ਮੈਂ ਬਹੁਤ ਉਦਾਸ਼, ਹਤਾਸ਼, ਨਿਰਾਸ਼ ਹੋ ਜਾਂਦਾ ਹਾਂ ਕਿ ਆਖਰ ਇਹ ਸਮਾਜ ਸਾਡੇ ਨਾਲ ਅਜਿਹਾ ਕਿਉਂ ਕਰਦਾ ਹੈ। ਮੱਛੀ ਨਾ ਜੀਵੇ ਪਾਣੀ ਬਿਨਾਂ, ਮੈਂ ਨਾ ਜੀਵੇ ਮੇਰੀ ਮਾਂ ਬਿਨਾਂ। ਸਰ, ਜਿਨ੍ਹਾਂ ਦੇ ਜੇਬ ਵਿੱਚ ਕੁਝ ਨਹੀਂ ਹੁੰਦਾ ਨਾ, ਉਹਨਾਂ ਦੇ ਦਿਲ ਵਿੱਚ ਬਹੁਤ ਕੁਝ ਹੁੰਦਾ। ਸਰ, ਮੈਂ ਮਿਊਜ਼ਿਕ ਟੀਚਰ ਬਣਨਾ ਤੁਹਾਡੇ ਵਰਗਾ। ਨਟ ਖਟ ਵਗਣ ਹਵਾਵਾਂ, ਦੀਵੇ ਡੋਲ ਰਹੇ, ਬੱਦਲ ਦੇ ਪਰਛਾਵੇਂ ਕਿਹਦੇ ਕੋਲ ਰਹੇ, ਪਤਾ ਨਹੀਂ ਕਿਸ ਤਾਰੇ ਨਾਲ ਟੁੱਟੇ ਹਾਂ। ਨਾ ਤਿੰਨ ਕੁਝੇ ਨਾ ਚੌਰਸ ਨਾ ਗੋਲ ਰਹੇ, ਨਾ ਤਿੰਨ ਕੁਝੇ ਨਾ ਚੌਰਸ ਨਾ ਗੋਲ ਰਹੇ। ਮੈਂ ਵਾਅਦਾ ਕਰਦਾ ਹਾਂ ਤੁਹਾਡੇ ਨਾਲ, ਮੈਂ ਵਾਅਦਾ ਕਰਦਾ ਹਾਂ ਤੁਹਾਡੇ ਨਾਲ ਕਿ ਮੈਂ ਆਪਣੇ ਸਰੀਰਕ ਕਮਜ਼ੋਰੀਆਂ ਨੂੰ ਆਪਣੀ ਬੇਬਸੀ ਨਹੀਂ ਵੱਟਦਾਗਾ ਅਤੇ ਮੈਂ ਸੁਪਨੇ ਦੇ ਕਾਸ਼ ਵਿੱਚ ਖੁੱਲ੍ਹ ਕੇ ਪ੍ਰਵਾਜ ਭਰਾਂਗਾ। ਵੀ ਜਿਨ੍ਹਾਂ ਦੇ ਜੇਬ ਵਿੱਚ ਕੁਝ ਨਹੀਂ ਹੁੰਦਾ ਨਾ, ਉਹਨਾਂ ਦੇ ਦਿਲ ਵਿੱਚ ਵੀ ਬਹੁਤ ਕੁਝ ਹੁੰਦਾ। ਮੈਂ ਨਮੋਸ਼ੀ ਹਾਰ ਦੀ ਅਤੇ ਜਿੱਤੇ ਦਾ ਹੰਕਾਰ ਲਾ ਦਈਏ, ਚਲੋ ਹੁਣ ਰੂਹਾਂ ਤੋਂ ਫਾਲਤੂ ਜੀਵਨ ਦਾ ਭਾਰ ਲਾ ਦਈਏ, ਇਹ ਵੀ ਮੈਮ ਮੈਂ ਸੀ। ਪਹਿਲੇ ਪਹਿਲੇ ਵਾਰ ਫਸਟ ਆ ਜਾਂਦਾ ਹੁੰਦਾ ਸੀ, ਫਿਰ ਮੈਂ ਕਹਿ ਲੈਂਦਾ ਸੀ ਮੰਮੀ ਅੱਜ ਫਸਟ ਆ ਗਿਆ, ਅਤੇ ਮੰਮੀ ਨੇ ਮੈਨੂੰ ਆਸ਼ੀਰਵਾਦ ਦੇਣਾ ਜੀ, ਅਤੇ ਰੋਜ਼ ਮੈਨੂੰ ਕਹਿੰਦੇ ਸੀ ਵੀ ਇੱਦਾਂ ਹੀ ਪੜ੍ਹਾਈਆਂ ਕਰੀ, ਮੈਨੂੰ ਕਿਤੇ ਲੰਬੇ ਨਾ ਨਹੀਂ, ਮੈਂ ਅੱਜ ਤੱਕ ਕਿਤੇ ਲੰਬੇ ਨਹੀਂ ਲੱਗੇ। ਇਹ ਫਤਿਹਗੜ੍ਹ ਸਾਹਿਬ ਦੇ ਪਿੰਡ ਚੌਰਾਵਾਲਾ ਦਾ ਗਗਨ ਖਾਨ ਹੈ, ਪਰ ਗਗਨ ਦੇ ਹੌਸਲੇ ਪੂਰੇ ਬੁਲੰਦ ਨੇ। ਹਾਜ਼ਰੀਨ, ਮੈਂ ਗਗਨ ਸਰਕਾਰੀ ਮਿਡਲ ਸਕੂਲ ਚੌਰਾਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 8ਵੀਂ ਕਲਾਸ ਵਿੱਚ ਪੜ੍ਹਦਾ ਹਾਂ। ਗਗਨ ਨਿੱਕੇ ਹੁੰਦਿਆਂ ਤੋਂ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹ ਰਿਹਾ ਹੈ। ਇਸ ਸਰਕਾਰੀ ਸਕੂਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਬੱਚਿਆਂ ਨੂੰ ਬੜਾ ਵਧੀਆ ਮਾਹੌਲ ਦਿੱਤਾ ਗਿਆ, ਜਿਸ ਕਰਕੇ ਬੱਚਿਆਂ ਦਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਮੈਂ ਇਹ ਸਰ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਮੇਰਾ ਇਹਨਾਂ ਨੇ ਕਰਾਇਆ। ਪਤਾ ਗੱਲ ਕੀ ਹੋਈ ਮੈਮ, ਮੈਂ ਪਿਛਲੀ ਵਾਰੀ ਜਦ ਮੈਂ ਉਹ ਸਕੂਲ 'ਚ ਪੜ੍ਹਦਾ ਸੀ, ਛੋਟਾ ਹੁੰਦਾ ਪੜ੍ਹਦਾ ਸੀ, ਮੇਰੇ ਮੈਂ ਚਲੋ ਇਹਨਾਂ ਕੋਲ ਆ ਜਾ ਜਾਂਦਾ ਸੀਗਾ, ਅਤੇ ਪਹਿਲੀ ਵਾਰੀ ਇਹ ਵੀ ਪਹਿਲੀ ਵਾਰੀ ਆਏ ਸੀਗੇ, ਅਤੇ ਚਲੋ ਮੈਂ ਆਇਆ, ਆ ਕੇ ਮੈਨੂੰ ਇਹਨਾਂ ਨੇ ਪਿਆਰ ਸਤਿਕਾਰ ਦਿੱਤਾ ਜੀ। ਦੇਖੋ, ਮੇਰਾ ਪਹਿਲਾਂ ਬਹੁਤ ਮਨ ਕਰਦਾ, ਹੁਣ ਵੀ ਮੇਰਾ ਬਹੁਤ ਮਨ ਕਰਦਾ, ਅਤੇ ਮੈਮ ਪਰ ਮੈਂ ਇਹਨਾਂ ਵਰਗਾ ਕੋਈ ਸਰ ਦੇਖਿਆ ਨਹੀਂ। ਉਦੋਂ ਮੈਂ ਉੱਥੇ ਗਿਆ, ਪੂਰੇ ਸਰ ਕੋਲ ਆਇਆ, ਚਲੋ ਮੈਨੂੰ ਸਰ ਨੇ ਪਿਆਰ ਸਤਿਕਾਰ ਦਿੱਤਾ, ਬਿਠਾਇਆ, ਅਤੇ ਮੇਰੀ ਮੈਨੂੰ ਚਾਹ ਪਾਣੀ ਪੁੱਛਿਆ ਜੀ, ਅਤੇ ਮੈਂ ਚਲੋ ਸਰ ਕੋਲ ਆਇਆ। ਫਿਰ ਜਦ ਮੈਂ ਪਹਿਲੀ ਵਾਰ ਆਇਆ, ਫਿਰ ਮੈਂ ਆਉਂਦਾ ਹੀ ਆਉਂਦਾ ਰਹਿੰਦਾ ਸੀ ਇਹਨਾਂ ਕੋਲ, ਆਉਂਦਾ ਹੀ ਆਉਂਦਾ ਰਹਿੰਦਾ ਸੀ, ਫਿਰ ਇਹਨਾਂ ਨੇ ਬਹੁਤ ਪਿਆਰ ਦਿੱਤਾ। ਤਾਂ ਹੀ ਤਾਂ ਗਗਨ ਖਾਨ ਵੀ ਇਸ ਸਕੂਲ 'ਚ ਪੜ੍ਹ ਰਿਹਾ ਹੈ। ਗਗਨ ਖਾਨ ਦੀਆਂ ਗੱਲਾਂ ਵੱਡੇ ਵੱਡਿਆਂ ਨੂੰ ਸੋਚੀ ਪਾ ਦਿੰਦੀਆਂ ਨੇ। ਉਹਨਾਂ ਦੇ ਜੇਬ ਵਿੱਚ ਕੁਝ ਨਹੀਂ ਹੁੰਦਾ ਨਾ, ਉਹਨਾਂ ਦੇ ਦਿਲ ਵਿੱਚ ਵੀ ਬਹੁਤ ਕੁਝ ਹੁੰਦਾ ਮੈਮ। ਅਤੇ ਇੱਕ ਮੈਮ ਮੈਂ ਇਹ ਸਿੱਖਿਆ ਸੀ, ਜਾਂ ਮੈਂ ਹੁਣ ਤੁਹਾਨੂੰ ਪਹਿਲਾਂ ਸੁਣਾ ਕੇ ਗਿਆ ਸੀ ਪਿਓ ਦੀ ਉੱਤੀ ਵਾਲਾ, ਇਹ ਵੀ ਸਿੱਖਿਆ। ਅਤੇ ਮੈਂ ਨਮੋਸ਼ੀ ਹਾਰ ਦੀ ਅਤੇ ਜਿੱਤੇ ਦਾ ਹੰਕਾਰ ਲਾ ਦਈਏ, ਚਲੋ ਹੁਣ ਰੂਹਾਂ ਤੋਂ ਫਾਲਤੂ ਜੀਵਨ ਦਾ ਭਾਰ ਲਾ ਦਈਏ, ਇਹ ਵੀ ਮੈਮ ਮੈਂ ਸਿੱਖਿਆ, ਤੇ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਿਆ, ਤੇ ਮੈਂ ਸਟੇਜ ਤੇ ਖੜਨਾ ਵੀ ਸਿੱਖਿਆ। ਇਹ ਬੱਚਾ ਕਲਾ ਨਾਲ ਭਰਪੂਰ ਹੈ, ਆਵਾਜ਼ 'ਚ ਇੱਕ ਵੱਖਰਾ ਜਿਹਾ ਅਹਿਸਾਸ ਤੇ ਅੱਖਾਂ ਦੀ ਚਮਕ ਬੜਾ ਕੁਝ ਬਿਆਨ ਕਰਦੀ ਹੈ। ਨਟ ਖਟ ਵਗਣ ਹਵਾਵਾਂ, ਦੀਵੇ ਡੋਲ ਰਹੇ, ਬੱਦਲ ਦੇ ਪਰਛਾਵੇਂ ਕਿਹਦੇ ਕੋਲ ਰਹੇ, ਪਤਾ ਨਹੀਂ ਕਿਸ ਤਾਰੇ ਨਾਲ ਟੁੱਟੇ ਹਾਂ, ਨਾ ਤਿੰਨ ਕੁਝੇ ਨਾ ਚੌਰਸ ਨਾ ਗੋਲ ਰਹੇ,
ना तीन खुजे ना चौरस ना गोल रहे। Myself before you. My name is Gagan. I read in 8th class at Government Middle School, Jorwala, which is located in Fatehgarh Sahib. आज मैं तुम्हारे सामने एक अपना रोल प्ले पेश करने जा रहा हूं। उम्मीद है कि तुम मेरा रोल प्ले पसंद आएगा। The Constitution is not a mere law document. It is the vehicle of life. Myself, Dr. Bhimrao Ambedkar. मैं भारत के संविधान को बनाने वाली कमेटी का प्रधान हूं। ਇਸ ਕਮੇਟੀ ਨੂੰ ਮਸੌਦਾ ਕਮੇਟੀ ਵੀ ਕਿਹਾ ਜਾਂਦਾ ਹੈ। ਇਸ ਕਮੇਟੀ ਦੇ ਅਸੀਂ 7 ਮੈਂਬਰ ਸਾਂ। ਅਸੀਂ ਭਾਰਤੀ ਸੰਵਿਧਾਨ ਨੂੰ ਪੂਰੇ 2 ਸਾਲ 11 ਮਹੀਨੇ 18 ਦਿਨਾਂ ਵਿੱਚ ਬਣਾ ਦਿੱਤਾ ਸੀ। ਅਸੀਂ ਸੰਵਿਧਾਨ ਵਿੱਚ 6 ਮੌਲਿਕ ਅਧਿਕਾਰਾਂ ਦੇ ਨਾਲ ਨਾਲ ਔਰਤਾਂ ਦੀ ਬਰਾਬਰੀ, ਪੜ੍ਹਾਈ ਅਤੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਕਿ ਬਰਾਬਰੀ ਦਾ ਸਮਾਜ ਸਿਰਜਿਆ ਜਾ ਸਕੇ। ਸੋ ਇਨ ਦੀ ਐਂਡ ਆਈ ਵਿਲ ਸੇ If society is not democratic, government can never be. Thank you so much. ਇਹ ਮਾਸੂਮ ਜਿਹਾ ਬੱਚਾ ਵੱਡਾ ਹੋ ਕੇ ਮਿਊਜ਼ਿਕ ਅਧਿਆਪਕ ਬਣਨਾ ਚਾਹੁੰਦਾ ਏ ਤੇ ਉਹ ਵੀ ਆਪਣੇ ਸਕੂਲ ਦੇ ਇੰਚਾਰਜ ਵਰਗਾ। ਸਰ ਮੈਂ ਮਿਊਜ਼ਿਕ ਟੀਚਰ ਬਣਨਾ ਜੀ, ਉਹ ਵੀ ਮੈਂ ਸਰ ਵਰਗਾ, ਕਿਉਂਕਿ ਇਹ ਤਾਂ ਹੈ ਤਾਂ ਉਂਝ SST ਦੇ ਨੇ, ਪਰ ਵੈਸੇ ਮੈਂ ਇਹਨਾਂ ਵਰਗਾ ਮਿਊਜ਼ਿਕ ਟੀਚਰ ਬਣਨਾ। ਸਰ ਮੈਂ ਅੱਗੇ ਹੋਰ ਕਿਸੇ ਨੂੰ ਵੀ ਸਿਖਾਉਂਦਾ, ਹੋਰ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਸਿਖਾਉਂਦਾ। ਕਿਉਂਕਿ ਸਕੂਲ ਦੇ ਇੰਚਾਰਜ ਅੰਮ੍ਰਿਤ ਸਿੰਘ ਦੀ ਮਿਹਨਤ ਸਦਕਾ ਹੀ ਗਗਨ ਖਾਨ ਇੱਥੋਂ ਤੱਕ ਪਹੁੰਚਿਆ। ਗਗਨ ਖਾਨ ਆਪਣੇ ਅਧਿਆਪਕ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ। ਪਹਿਲਾਂ ਤਾਂ ਮੈਂ ਜਦੋਂ ਛੋਟਾ ਜਿਹਾ ਸੀ ਮੈਨੂੰ ਕੋਈ ਉਹ ਨਹੀਂ ਸੀ, ਪਹਿਲਾਂ ਵੀ ਸਰ ਮੈਨੂੰ ਬਹੁਤ ਵਧੀਆ ਪੜ੍ਹਾਉਂਦੇ ਸੀ, ਹੁਣ ਵੀ ਮੈਨੂੰ ਸਰ ਬਹੁਤ ਵਧੀਆ ਪੜ੍ਹਾਉਂਦੇ, ਇਹਨਾਂ ਕਰਕੇ ਹੀ ਮੈਂ ਇੱਥੇ ਤੱਕ ਵਧਿਆ। ਮੈਂ ਇਹ ਸਰ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਮੇਰਾ ਇਹਨਾਂ ਨੇ ਕਰਾਇਆ। ਜਦੋਂ ਅਸੀਂ ਗਗਨ ਨੂੰ ਕਿਹਾ ਕਿ ਤੂੰ ਵੱਡਾ ਹੋ ਕੇ ਕੁਝ ਬਣ ਕੇ ਆਪਣੀ ਮਾਂ ਨੂੰ ਕੀ ਤੋਹਫ਼ਾ ਦੇਣਾ ਤਾਂ ਗਗਨ ਦਾ ਜਵਾਬ ਸੁਣ ਅਸੀਂ ਵੀ ਭਾਵੁਕ ਹੋ ਗਏ ਕਿ ਨਿੱਕੀ ਉਮਰੇ ਹੀ ਬੱਚੇ ਨੂੰ ਸਮਝ ਹੈ ਕਿ ਘਰ ਦੀਆਂ ਕੀ ਲੋੜਾਂ ਨੇ। ਆਪਣੀ ਮੰਮਾ ਨੂੰ ਤੁਸੀਂ ਕੀ ਤੋਹਫ਼ਾ ਦੇਣਾ ਜਦੋਂ ਤੁਸੀਂ ਮਿਊਜ਼ਿਕ ਟੀਚਰ ਬਣ ਕੇ ਸਕੂਲ 'ਚ ਪੜ੍ਹਾਉਣ ਲੱਗ ਪਏ, ਕੀ ਲੈ ਕੇ ਦੋਗੇ? ਸਰ ਦੇਖੋ ਮੈਮ, ਜਿਹੜਾ ਕੁਛ ਮੰਗਣਗੇ ਮੈਂ ਉਹੀ ਲੈ ਲੂੰ। ਪੜ੍ਹਾਈਆਂ ਹੋਰ ਕਰੋ ਜੀ, ਅਜਿਹੇ ਬੱਚੇ ਹੀਰੇ ਹੁੰਦੇ ਨੇ ਜਿਨ੍ਹਾਂ ਹੀਰਿਆਂ ਨੂੰ ਬਸ ਤਰਾਸ਼ਣ ਦੀ ਲੋੜ ਹੁੰਦੀ ਹੈ ਤੇ ਜਿਹੜੇ ਤਰਾਸ਼ੇ ਜਾਂਦੇ ਨੇ ਉਹ ਫਿਰ ਗਗਨ ਵਾਂਗ ਅਸਮਾਨੀ ਚਮਕਦੇ ਨੇ। ਦੋਸਤੋ, ਬਾਗਾਂ ਵਿੱਚ 100 ਤਰ੍ਹਾਂ ਦੇ ਫੁੱਲ ਹੁੰਦੇ ਹਨ, ਕੋਈ ਕਿਸੇ ਨਾਲ ਨਹੀਂ ਮਿਲਦਾ, ਕਿਸੇ ਦਾ ਰੰਗ ਵੱਖਰਾ ਹੁੰਦਾ ਹੈ ਤੇ ਕਿਸੇ ਦੀ ਖੁਸ਼ਬੂ ਵੱਖਰੀ ਹੁੰਦੀ ਹੈ ਤੇ ਕਿਸੇ ਦੀ ਉਮਰ ਵੱਖਰੀ ਹੁੰਦੀ ਹੈ, ਪਰ ਹਰ ਫੁੱਲ ਬਹੁਤ ਪਿਆਰਾ ਹੁੰਦਾ ਹੈ। ਇਸੇ ਤਰ੍ਹਾਂ ਇਸ ਧਰਤੀ ਤੇ 800 ਕਰੋੜ ਲੋਕ ਹਨ, ਧਰਤੀ ਇੱਕ ਬਾਗ ਦੀ ਤਰ੍ਹਾਂ ਹੈ ਤੇ 800 ਕਰੋੜ ਲੋਕ ਇਸਦੇ ਫੁੱਲ ਹਨ। ਹਰੇਕ ਮਨੁੱਖ ਦਾ ਆਪਣਾ ਰੰਗ ਹੈ, ਆਪਣੀ ਨਸਲ ਹੈ, ਆਪਣੇ ਗੁਣ ਹਨ, ਆਪਣੇ ਔਗਣ ਹਨ, ਆਪਣੇ ਨੈਣ ਨਕਸ਼ ਹਨ ਅਤੇ ਆਪਣਾ ਗਿਆਨ ਹੈ। ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਪਰ ਅਫਸੋਸ ਇਹ ਹੈ ਕਿ ਕੁਦਰਤ ਤਾਂ ਕਿਸੇ ਨਾਲ ਕਿਸੇ ਦਾ ਮੁਕਾਬਲਾ ਨਹੀਂ ਕਰਦੀ, ਪਰ ਉਸਦਾ ਸਾਜਿਆ ਹੋਇਆ ਮਨੁੱਖ ਆਮ ਮੁਕਾਬਲੇ ਦੀ ਦੌੜ 'ਚ ਲੱਗ ਚੁੱਕਾ ਹੈ। ਉਹ ਕਿਸੇ ਨੂੰ ਛੋਟੇ ਕੱਦ ਵਾਲਾ ਕਰਕੇ ਚੜਾਉਂਦਾ ਹੈ, ਕਿਸੇ ਦੇ ਪਹਾਜ਼ ਹੋਣ ਤੇ ਹੱਸਦਾ ਹੈ, ਕਿਸੇ ਦੇ ਨੈਣ ਨਕਸ਼ ਦੇ ਤਾਨੇ ਕਰਦਾ ਹੈ, ਪਰ ਉਹ ਕਿਸੇ ਨਾਲ ਦਰਦ ਵਡਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਂ ਵੀ ਗਗਨ ਖਾਨ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ। ਮੈਂ ਵਾਅਦਾ ਕਰਦਾ ਹਾਂ ਤੁਹਾਡੇ ਨਾਲ ਕਿ ਮੈਂ ਆਪਣੇ ਸਰੀਰਕ ਕਮਜ਼ੋਰੀਆਂ ਨੂੰ ਆਪਣੀ ਬੇਬਸੀ ਨਹੀਂ ਵੱਟਦਾਗਾ ਤੇ ਮੈਂ ਸੁਪਨੇ ਦੇ ਆਕਾਸ਼ ਵਿੱਚ ਖੁੱਲ੍ਹ ਕੇ ਪ੍ਰਵਾਜ ਕਰਾਂਗਾ।